ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਪੰਜਾਬੀ ਲਹਿਰ ਸਾਂਝਾ ਸਾਂਝ ਪੰਜਾਬੀਆਂ ਦੇ ਪ੍ਰੋਗਰਾਮ ਸੋਹਣੇ ਪਿੰਡ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਔਰ ਅੱਜ ਸਾਡੀ ਜੋ ਟੀਮ ਹੈ ਉਹ ਪਹੁੰਚੀ ਹੈ ਚੱਕ ਮੁਗਲਾਣੀ ਨਕੋਦਰ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਪੈਂਦਾ ਹੈ ਫੁਲਵਾੜਾ ਰੋਡ 'ਤੇ ਔਰ ਆਓ ਅੱਜ ਤੁਹਾਨੂੰ ਚੱਕ ਮੁਗਲਾਣੀ ਦੀਆਂ ਗਲੀਆਂ ਦੇ ਨਾਲ ਰੂਬਰੂ ਕਰਵਾਉਂਦੇ ਹਾਂ ਆਓ ਚੱਲਦੇ ਹਾਂ ਇਸ ਪਿੰਡ ਦੇ ਵਸਨੀਕ ਬਜ਼ੁਰਗਾਂ ਤੋਂ ਜਾਣਦੇ ਹਾਂ ਇਸ ਪਿੰਡ ਬਾਰੇ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਨਾਮ ਕੀ ਹੈ ਜੀ ਨਾਮ ਅਮਰ ਸਿੰਘ ਅਮਰ ਸਿੰਘ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡਾ ਜਨਮ ਜਿਹੜਾ ਆ ਉਹ ਆਪਣੇ 84 ਚੱਕ ਪਿੰਡ ਦਾ ਲਾਲਪੁਰ ਜ਼ਿਲ੍ਹਾ ਪਾਕਿਸਤਾਨ ਇੱਥੇ ਆ ਗਏ ਹਾਂ 47 'ਚ ਫਿਰ ਇੱਥੇ ਵੱਸਦੇ ਹਾਂ ਇੱਥੇ ਦੇ ਵਸੀਕ ਆ ਪੱਕੇ ਹੁਣ ਇਸ ਵਕਤ ਤੁਸੀਂ ਸਾਨੂੰ ਇਹ ਦੱਸੋ ਕਿ ਉਸ ਵੇਲੇ ਦਾ ਮਾਹੌਲ ਕਿਵੇਂ ਦਾ ਸੀ ਔਰ ਤੁਸੀਂ ਤੁਹਾਨੂੰ ਕੁਛ ਚੇਤਾ ਹੈ ਉਸ ਬਾਰੇ ਉਸ ਵੇਲੇ ਦਾ ਮਾਹੌਲ ਇੱਦਾਂ ਸੀ ਵੀ ਇੱਜ਼ਤ ਬੜਿਆਂ ਦੀ ਬਹੁਤ ਕਰਦੇ ਸੀਗੇ ਬਜ਼ੁਰਗਾਂ ਦੀ ਸਤਿਕਾਰ ਬਹੁਤ ਕਰਦੇ ਸੀਗੇ ਤਾਂ ਪੈਸਾ ਤਾਂ ਕਿਸੇ ਕੋਲ ਹੁੰਦਾ ਨਹੀਂ ਸੀਗਾ ਥੋੜ੍ਹਾ ਹੀ ਸੀਗਾ ਕੰਮ ਤਾਂ ਲੇਕਿਨ ਲੋਕ ਖੁਸ਼ਹਾਲ ਸੀਗੇ ਅੱਜ ਦੇ
मुकाम नो लोग उदों हुशियार बहुत खुशहाल सके मतलब कहने का भाव के उस वेले जो ये माहौल सगा तो सानू यह भी सुनना चाहिए कि इस पिंड संताली तो पहला जो मुस्लिम भाईचारा काफ़ी तगाद में रहा पेंड ही मुसलमाना का चक मंगलाणी सादे सादे चक मंगलाणी मुसलमाना का पेंड राइया का भैया तुम सूँ वो जानकारी दो कि जो पाकिस्तान जमीन सी वो किन्नी सी और किमें ता माहौल चल रहा है मुरबा जमींदा सगा अभी डोगरे का मुरबा मेरा बाप बहुत सगा सब हाले भौली से असी बड़े उत्थे खुशहाल सके इतने आ गए मेरे बाप ने खेती की है बस फिर जो अखा रह गई फिर उन्होंने खेती छड़ दी कभी याद आँगी पाकिस्तान बारे याद तो हूँ जिदा गलां दसदे भाई ये हूँ उस हिसाब न आँदी या उदा मैं तो माँ के कुछ महीने साल का हाँ ये है नहीं बहुत बहुत शुक्रिया जी तीज त्योहार ने पिंडा वाले रल के सदा मनाउंदे मंदिर मस्जिद गुरु द्वारे सब दा प्यार वधाउंदे आपस दे विच रल के रहिंदे ओ आपस दे विच रल के रहिंदे पन्ने जिवें किताब दे आओ विखावां सजणो सोणे पिंड पंजाब दे सोने पिंड पंजाब
ਭਾਈ ਜੀ ਤੁਹਾਡਾ ਨਾਮ ਕੀ ਹੈ ਜੀ? ਰਤਨ ਰਤਾ ਹਾਂ ਰਤਾ ਕਹਿੰਦੇ ਹੈ ਤੇ ਭਾਈ ਜੀ ਤੁਹਾਡਾ ਜਿਹੜਾ ਜਨਮ ਆ ਉਹ ਕਿੱਥੇ ਦਾ? ਉਹ ਬਾਹਰ ਦਾ ਜੀ, ਪਾਕਿਸਤਾਨ ਦਾ। ਅੱਛਾ, ਪਿੰਡ ਕਿਹੜਾ ਸੀ? ਪਿੰਡ ਸੀ ਆਪਣਾ ਬੂਟੇ ਵਾਲਾ ਕਾਨੀਆ, ਜੜਾਂ ਵਾਲੀ ਦੇ ਲਾਗੇ। ਬੂਟੇ ਵਾਲਾ ਕਾਨੀਆ ਜੜਾਂ ਵਾਲੀ ਦੇ ਲਾਗੇ। ਉਹ ਹੋਰ ਕੋਈ ਤੁਹਾਨੂੰ ਉੱਥੇ ਦੀ ਯਾਦ ਤੁਹਾਡੇ ਨਾਲ ਹੋਵੇ? ਯਾਦਗਿਰੀ ਆਏ ਨਿੱਕੇ ਨਿੱਕੇ ਆਏ ਆ ਅਸੀਂ, ਸਾਨੂੰ ਇੰਨਾ ਪਤਾ ਵੀ ਆਪਣੇ ਅੰਮ੍ਰਿਤਸਰੋਂ ਰਾਜ ਆਪਣੇ ਆਪਣੇ ਦੂਸਰੇ ਨੇ ਪਾਕਿਸਤਾਨੀਆਂ ਨੇ ਉਹ ਪਾਣੀ ਨਹੀਂ ਸੀ ਲੈਣ ਦਿੱਤਾ ਡੈਡੀ ਨੂੰ, ਅਤੇ ਉਹ ਡੈਡੀ ਪਾਣੀ ਡਲਾ ਲਿਆ ਸੀ, ਫਿਰ ਮਿਲਟਰੀ ਨੇ ਪਾਣੀ ਸਾਨੂੰ ਦਿੱਤਾ ਸੀ। ਤੁਹਾਡੇ ਬਜ਼ੁਰਗ ਕਿੰਨਾ ਚਿਰ ਫਿਰ ਇੱਧਰ ਆ ਕੇ ਰਹੇ? ਕਿੰਨਾ ਇੱਧਰ ਰਹੇ ਆ? ਦੋ ਚਾਰ ਸਾਲ, 10 ਸਾਲ ਗਏ ਆਏ ਆ। ਤੁਹਾਡੇ ਮਾਤਾ ਜੀ? ਮਾਤਾ ਜੀ ਉੱਧਰ ਹੀ ਗੁਜ਼ਰ ਗਏ ਸੀ। ਉਸ ਵੇਲੇ ਦਾ ਮਾਹੌਲ ਕਿਵੇਂ ਦਾ ਸੀਗਾ? ਉਸ ਮੌਕੇ ਦਾ ਮਾਹੌਲ ਤਾਂ ਮੈਨੂੰ ਨਹੀਂ ਪਤਾ, ਮੈਂ ਅਸੀਂ ਛੋਟੇ ਛੋਟੇ ਸੀ। ਹਾਂਜੀ, ਇਹ ਪਿੰਡ ਚੱਕ ਮੁਗਲਾਣੀ ਕਹਿੰਦੇ ਵੀ ਪੁਰਾਣਾ ਮੁਗਲਾਂ ਦਾ ਪਿੰਡ ਸੀਗਾ, ਅਤੇ ਇਸ 47 ਤੋਂ ਪਹਿਲਾਂ ਇੱਥੇ ਕਿੰਨੀ ਕੁ ਤਗਾਹ 'ਚ ਰਹਿੰਦੇ ਸੀ? ਉਹ ਮੈਨੂੰ ਮੇਰੇ ਆਉਣ ਤੋਂ ਪਹਿਲਾਂ ਰਹਿੰਦੇ ਸੀ ਕੋਈ ਵੀ, ਮੇਰੇ ਆਉਣ ਤੋਂ ਪਹਿਲਾਂ ਜਿਹੜੇ ਵਿਹੜੇ ਦੇ ਵਿੱਚ ਬੰਦੇ ਆਉਂਦੇ ਜਾਂਦੇ ਸੀ ਉਹਨਾਂ ਦੇ ਘਰਾਂ 'ਚ, ਉਹ ਸਭ ਮੁੱਕ ਗਏ ਆ। ਅਤੇ ਬਾਕੀ ਛੋਟੇ ਪਨੀਰੀ ਹੈਗੀ ਸਾਰੀ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਗਾ ਹੈਗੀ। ਅਤੇ ਜੋ ਮੇਰੇ ਵੀ ਹਾਣੀ ਆ, ਹਾਣੀ ਸੀ ਉਹਦਾ, ਉਹਨਾਂ ਨੂੰ ਵੀ ਨਹੀਂ ਸੀ ਪਤਾ, ਅਤੇ ਇਸ ਕਰਕੇ ਵੀ ਤਦ ਮੈਂ ਕਹਿੰਦਾ ਹਾਂ। ਜਿਹੜੇ ਮੇਰੇ ਭਤੀਜੇ ਵੀ ਲੱਗਦੇ ਸੀ ਇੱਥੇ ਦੇ, ਮੈਂ ਹੈਗਾ ਇੱਥੇ ਦੇ ਰਹਿਣ ਵਾਲੇ ਆ ਅਸੀਂ, ਪਿਛਲਾ ਸਾਡਾ ਪਿੰਡ ਇਹ ਹੀ ਆ। ਅਤੇ ਗੱਲ ਇਹ ਵੀ ਅਸੀਂ ਉੱਧਰ ਗਏ ਸੀ, ਜਿੱਦਾਂ ਹੁਣ ਸਰੀਂ ਵਾਲੇ ਬੈਠੇ ਆ ਸਵਾ ਕੇ ਇੱਧਰ ਸਰੀਓਂ, ਉਹ ਹੁਣ ਵੱਜਦਾ ਦਾ ਪਿੰਡ ਸਰੀਂ ਆ ਹੈਗੀ, ਜਾਂ ਲਿੱਤਰ ਵਾਲੇ ਆਏ ਆ ਤਾਂ ਉਹ ਵੀ ਲਿੱਤਰ ਵਾਲਾ ਪਿੰਡ ਵੱਜਦਾ, ਉਹ ਵੀ ਆਏ ਪਾਕਿਸਤਾਨ ਤੋਂ ਹੀ ਆ। ਹੋਰ ਵੀ ਪਾਕਿਸਤਾਨ ਤੋਂ ਇਸ ਪਿੰਡ ਵਿੱਚ ਆਏ ਨੇ ਆਪਣਾ ਘਰ ਬਾਰ ਦੇਖਣ, ਆਪਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ? ਤੁਹਾਨੂੰ ਪਰ ਆਏ ਹੋਣਗੇ, ਮੈਂ ਕਿਹੜਾ ਇੱਥੇ ਪਿੰਡ ਫਿਰਦਾ, ਯਾਨੀ ਕਿ ਆਏ ਹੈਗੇ ਆ, ਦੱਸਦੇ ਆ ਵੀ ਆ ਕੇ ਕਿਹੜਾ ਕੱਢ ਕੇ ਚਲੇ ਜਾਂਦੇ ਆ ਆਪਣੇ ਘਰਾਂ ਦੇ ਵਿੱਚ ਦੇਖ ਕੇ, ਅਤੇ ਇਸ ਕਰਕੇ ਵੀ ਮੈਨੂੰ ਬਾਪ ਦੇ ਘਰ ਦਾ ਕਿਹਾ ਜੇ ਆਪਾਂ ਦਾ। ਬਿਲਕੁਲ, ਸਾਨੂੰ ਇਹ ਵੀ ਦੱਸੋ ਕਿ ਉਸ ਸਮੇਂ ਦੇ ਮਾਹੌਲ ਖੁਸ਼ਹਾਲ ਸੀ? ਉਦੋਂ ਬਹੁਤ ਚੰਗੇ ਸੀ, ਦੋ ਚਾਰ ਬੰਦੇ ਬੈਠੇ ਸੀ, ਬੈਠੇ ਉਹ ਗੱਲਾਂ ਬਾਤਾਂ ਕਰਦੇ ਰਹਿੰਦੇ ਸੀ, ਬਾਪ ਦਾ ਗੱਲਾਂ ਬਾਤਾਂ ਕਰਦੇ, ਖੇਡਦੇ ਖੂਡਦੇ ਵੀ ਰਹਿੰਦੇ ਸੀ, ਦੂਸਰੀ ਬਾਰਾਂ ਟਹਿਣੀ ਜਾਂ ਕੁਛ ਹੋਰ, ਯਾਨੀ ਕਿ ਮਾਹੌਲ ਚੰਗਾ ਸੀ। ਉਹ ਜਿਹੜਾ ਹੁਣ ਸਮੇਂ ਦੇ ਵਿੱਚ ਆ, ਹੁਣ ਸਮੇਂ ਦੇ ਵਿੱਚ ਲੜਾਈ ਭੜਾਈ ਆ, ਹੁਣ ਇੱਕ ਦੂਜੇ ਦੀ ਕੋਈ ਗੱਲ ਜਰ ਨਹੀਂ ਸਕਦਾ, ਉਦੋਂ ਗੱਲ ਜਰਦੇ ਸੀ ਇੱਕ ਦੂਜੇ ਦੀ, ਡੀਡ ਕਰਦੇ ਸੀ ਹੈਗੀ, ਹੁਣ ਡੀਡ ਨਹੀਂ ਕੋਈ ਵੀ ਕਰਦਾ। ਮੈਂ ਆਪ ਹੀ ਦੇਖਦਾ ਜਿਹੜੇ ਸਾਡੇ ਬੱਚੇ ਆ ਜਾਂ ਪੋਤੇ ਲੱਗਦੇ ਜਾਂ ਭਤੀਜੇ ਲੱਗਦੇ ਆ, ਉਹਨਾਂ ਦਾ ਵੀ ਬਹੁਤ ਫਰਕ ਆ ਉਹਨਾਂ ਦੇ ਕੰਮ ਨਿਆਣਿਆਂ ਦਾ, ਉਹ ਬੁਲਾ ਕੇ ਨਹੀਂ ਰਾਜੀ, ਅਤੇ ਜਿਹਨਾਂ ਦਾ ਮੈਂ ਬਾਬਾ ਲੱਗਦਾ ਉਹ ਬਾਬਾ ਜੀ ਕਹਿ ਕੇ ਬੁਲਾਉਂਦੇ ਆ। ਇਸੇ ਪਿੰਡ 'ਚ ਮੇਰੇ ਟੱਬਰ 'ਚੋਂ ਹੈਗੇ ਆ, ਬਾਬਾ ਲੱਗਦਾ ਮੈਂ ਉਹਨਾਂ ਦਾ, ਪੀੜ੍ਹੀ ਸਾਡੀ ਉੱਚੀ ਆ, ਬਾਕੀ ਸਾਡੇ ਵਿਹੜੇ ਦੇ ਸਾਰੇ ਵੀ ਇੱਥੇ ਰਹਿਣ ਵਾਲੇ ਆ, ਇੱਥੋਂ ਹੀ ਅਸੀਂ ਗਏ ਸੀ, ਇਹੀ ਪਿੰਡ ਆ ਸਾਡਾ, ਬਸ ਗਏ ਬਾਹਰ 'ਚ ਸੀ ਬਾਬਾ ਸਾਡਾ, ਅਤੇ ਇਸ ਕਰਕੇ ਵੀ ਯਾਨੀ ਕਿ ਬਾਹਰ 'ਚੋਂ ਆਏ ਆ। ਬੜੇ ਹੀ ਅੱਛੇ ਤਰੀਕੇ ਦੇ ਨਾਲ ਬਜ਼ੁਰਗ ਨੇ ਜਾਣਕਾਰੀ ਦਿੱਤੀ। ਸੋ ਇਹ ਸੀ ਤਹਿਸੀਲ ਨਕੋਦਰ ਦਾ ਪਿੰਡ ਚੱਕ ਮੁਗਲਾਣੀ ਔਰ ਪੰਜਾਬੀ ਲਹਿਰ ਸਾਂਝਾ ਸਾਂਝ ਪੰਜਾਬੀਆਂ ਦੇ ਪ੍ਰੋਗਰਾਮ ਸੋਹਣੇ ਪਿੰਡ ਪੰਜਾਬ ਦੇ ਨਾਲ। ਇਸੇ ਤਰੀਕੇ ਨਾਲ ਜੁੜੇ ਰਹੋ ਔਰ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਹਰ ਰੋਜ਼ ਇੱਕ ਨਵੇਂ ਪਿੰਡ ਦੇ ਨਾਲ ਤੁਹਾਨੂੰ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਾਂਗੇ। ਸੋ ਜਿਉਂਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਕੈਮਰਾਮੈਨ ਸਰਬਜੀਤ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਵਾਰਿਸ।